ਤੁਸੀਂ ਦੇਖ ਰਹੇ ਹੋ ABC ਪੰਜਾਬ ਤੇ ਮੈਂ ਹਾਂ ਗਰਮਾ ਗੱਲ ਕਰ ਲਈਏ ਕੀ ਮਾਮਲਾ ਕਾਫੀ ਜ਼ਿਆਦਾ ਗੰਭੀਰ ਹੈ ਪਿੰਡਾਂ ਦੇ ਵਿੱਚ ਠੇਕੇ ਖੁੱਲਣੇ ਆਮ ਹੋ ਗਏ ਨੇ ਪਰ ਉੱਥੇ ਹੀ ਗੱਲ ਕਰ ਲਈ ਪਿੰਡਾਂ ਦੀ ਪੰਚਾਇਤਾਂ ਇੱਕ ਪਾਸੇ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਤੇ ਇਹਨਾਂ ਠੇਕਿਆਂ ਨੂੰ ਬੰਦ ਕਰਵਾਉਣ ਦੇ ਲਈ ਲਗਾਤਾਰ ਜद्दोजਹਿਦ ਕਰ ਰਹੀ ਹੈ ਪਰ ਦੂਸਰੇ ਹੀ ਪਾਸੇ ਜਿਹੜੇ ਇਹ ਠੇਕੇ ਬੰਦ ਕਰਵਾਉਣ ਦੀ ਮੁਹਿੰਮਾ ਹੈ ਜਾਂ ਤਾਂ ਅਖਬਾਰਾਂ ਦੇ ਵਿੱਚ ਜਾਂ ਫਿਰ ਥਾਣਿਆਂ ਦੇ ਵਿੱਚ ਹੀ ਰਹਿ ਜਾਂਦੀ ਹੈ ਪਰ ਉੱਥੇ ਇੱਕ ਰਿਪੋਰਟ भास्कर ਦੇ ਵਿੱਚ छपी ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਖੁਲਾਸੇ ਹੋਏ ਕਿਸ ਤਰੀਕੇ ਦੇ ਨਾਲ 214 ਤੋਂ ਬਾਅਦ ਕਿਸ ਤਰੀਕੇ ਦੇ ਨਾਲ ਠੇਕੀਆ ਦੀ ਪਿੰਡਾਂ ਦੇ ਵਿੱਚ ਗਿਣਤੀ ਵਧੀ ਹੈ ਇਸ ਦੇ ਨਾਲ ਹੀ ਬੰਦ ਕਰਵਾਉਣ ਦੀ ਮਹੀਮਾ ਤਾਂ ਕਾਫੀ ਜੋਰ-ਸ਼ੋਰ ਨਾਲ ਚੱਲੀ ਆ ਪਰ ਹੌਲੀ-ਹੌਲੀ ਇਹ ਮਹੀਮਾ ਠੰਡੀਆਂ ਪੈ ਗਈ ਹੈ ਦਰਅਸਲ ਪੰਜਾਬ ਦੇ ਵਿੱਚ ਪੰਚਾਇਤਾਂ ਦੇ ਵੱਲੋਂ ਸ਼ਰਾਬ ਦੇ ਠੇਕੇ ਹਟਾਉਣ ਦੇ ਪ੍ਰਸਤਾਵ ਤਾਂ ਦਿੱਤੇ ਜਾਂਦੇ ਨੇ ਪਰ ਉੱਥੇ ਹੀ ਐਕਸਾਈਲ ਵਿਭਾਗ ਦੇ ਵੱਲੋਂ ਜਿਹੜੇ ਆંકੜੇ ਸਾਹਮਣੇ ਲਿਆਉਂਦੇ ਨੇ ਉਹ ਕਾਫੀ ਜ਼ਿਆਦਾ ਹੈਰਾਨ ਕਰਨ ਵਾਲੇ ਨੇ ਐਕਸਾਈਲ ਪੇ ਵਾਅਦਾ ਕਹਿਣਾ 212 13 ਦੇ ਵਿੱਚ ਤੋਂ ਲੈ ਕੇ 223 24 ਤੱਕ ਹੁਣ ਤੱਕ 12 ਸਾਲ ਹੋ ਚੁੱਕੇ ਨੇ ਤੇ 9 ਜ਼ਿਲ੍ਹਿਆਂ ਦੇ ਵਿੱਚ ਪੰਚਾਇਤਾਂ ਦੇ ਵੱਲੋਂ ਕੁਝ ਅਜਿਹੇ ਠੇਕੇਸੀ ਸ਼ਰਾਬ ਦੇ ਜਿਨ੍ਹਾਂ ਨੂੰ ਹਟਾਉਣ ਦੇ ਪ੍ਰਸਤਾਵ ਰੱਖੇ ਗਏ ਸਨ ਪਰ ਅਜੇ ਤੱਕ ਹੀ ਉਹ ਚੱਲ ਰਹੇ ਨੇ ਇੱਥੇ ਹੀ ਇਹ ਜਿਹੜਾ ਠੇਕੇਦਾਰ ਨੇ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਖਰੀਦ ਲੰਦੇ ਨੇ ਤੇ ਪਿੰਡਾਂ ਦੇ ਵਿੱਚ ਠੇਕੇ ਖੋਲ ਕੇ ਵੇਚਦੇ ਨੇ ਇੰਸਨਾਲੀ ਸਾਰੇ ਪ੍ਰਸਤਾਵ ਜੋ ਹੈ ਮਾਲਵਾ ਇਲਾਕੇ ਦੇ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਇਸ ਦੇ ਵਿੱਚ 6 108 ਸ਼ਰਾਬ ਦੇ ਠੇਕੇ ਜਿਹੜੇ ਆ ਬੰਦ ਹੋਣੇ ਸੀ ਸਭ ਤੋਂ ਜ਼ਿਆਦਾ 90 ਪ੍ਰਸਤਾਵ ਜਣੇ ਨੇ ਯਾਨੀ ਕਿ 90% ਪ੍ਰਸਤਾਵ ਜਣੇ ਨੇ 214 ਔਰ 15 ਦੇ ਵਿੱਚ ਦਿੱਤੇ ਗਏ ਸੀ ਉੱਥੇ ਹੀ ਸਭ ਤੋਂ ਜ਼ਿਆਦਾ 43 ਸ਼ਰਾਬ ਦੇ ਠੇਕੇ ਹਟਾਉਣ ਦੇ ਲਈ 226 ਤੋਂ 17 ਦੇ ਵਿੱਚ ਰਿਕਾਰਡ ਸੀ ਕਿ ਇਹਨਾਂ ਨੂੰ ਬੰਦ ਕਰਵਾ ਦਿੱਤੇ ਜਾਣ ਪਰ ਅਜੇ ਤੱਕ ਇਹ ਠੇਕੇ ਬੰਦ ਨਹੀਂ ਹੋਏ ਨੇ ਇਸਨਾਰੇ ਹੀ 212 13 ਦੇ ਵਿੱਚ 6 ਪ੍ਰਸਤਾਵ ਦਿੱਤੇ ਗਏ ਸਨ ਵਿਭਾਗ ਨੇ ਛੇ ਸ਼ਰਾਬ ਠੇਕੇ ਬੰਦ ਕਰ ਦਿੱਤੇ ਪਰ ਬਾਕੀ ਅਜੇ ਤੱਕ ਵੀ ਚੱਲ ਰਹੇ ਨੇ ਇਸ ਦੇ ਨਾਲ ਹੀ ਪਿੰਡਾਂ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੇ ਲਈ ਪ੍ਰਸਤਾਵ ਜਿਹੜੇ ਨੇ ਸਭ ਤੋਂ ਜ਼ਿਆਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਦਿੱਤੇ ਗਏ ਨੇ ਪਰ ਅਜੇ ਤੱਕ ਸਰਕਾਰ ਦੇ ਵੱਲੋਂ ਇਸ ਦੇ ਉੱਪਰ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹੈ ਇਸ ਨਾਲ ਹੀ ਗੱਲ ਕਰ ਲਈਏ ਹੁਣ ਤੱਕ 306 ਤੱਕ ਦੇ ਲਿਸਟ ਬਣਾਈ ਗਈ ਹੈ ਇਹ ਜਿਹੇ ਸੰਗਰੂੜ ਦੇ ਵਿੱਚ ਠੇਕੇ ਨੇ ਜਿਨ੍ਹਾਂ ਨੂੰ ਬੰਦ ਕਰਵਾਉਣ ਦੀ ਪਿੰਡਾਂ ਦੀ ਪੰਚਾਇਤਾਂ ਲਗਾਤਾਰ ਮੰਗ ਕਰ ਰਹੀਆਂ ਹੈ ਪਰ ਠੇਕੇ ਅਜੇ ਤੱਕ ਬੰਦ ਨਹੀਂ ਹੋਏ ਨੇ ਇਸ ਨਾਲ ਹੀ ਦੱਸ ਜੀ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਸ਼ਰਾਬ ਦੇ ਠੇਕੇਦਾਰ ਜਿਹੜੇ ਐ ਮਨਜ਼ੂਰਸ਼ੁਦਾ ਸ਼ਰਾਬ ਠੇਕੇ ਤੋਂ ਯਾ ਤਾਂ ਲੈ ਲੈਂਦੇ ਨੇ ਜਾਂ ਫਿਰ ਕਹਿ ਲਿਏ ਕਿ ਕਈ ਗੈਰ ਐਧਾ ਹੀ ਘਰਾਂ ਦੇ ਵਿੱਚ ਬਣਾ ਕੇ ਵੀ ਇਹਨਾਂ ਸ਼ਰਾਬਾਂ ਨੂੰ ਬੇਚ ਰਹੇ ਨੇ ਤੇ ਇਸ ਤੋਂ ਬਾਅਦ ਵੀ ਕਈ ਰਿਪੋਰਟਾਂ ਚੜੀਆਂ ਨੇ ਪੁਲਿਸ ਥਾਣਿਆਂ ਦੇ ਵਿੱਚ ਦਰਜ ਕਰਵਾਈਆਂ ਗਈਆਂ ਪਰ ਉਸ ਦੇ ਉੱਪਰ ਵੀ ਕੋਈ ਵੀ ਐਕਸ਼ਨ ਨਹੀਂ ਹੋਇਆ ਹੈ ਪਰ ਉਤੇ ਲਗਾਤਾਰ ਜਿਸ ਤਰੀਕੇ ਦੇ ਨਾਲ ਇਹ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਆਪੋ ਆਪਣੇ ਵਿੱਚ ਕਾਫੀ ਵੱਡਾ ਚਿੰਤਾ ਦਾ ਵਿਸ਼ਾ ਹੈ ਇਸਨੂੰ ਦੀ ਗੱਲ ਕਰ ਲੈਂਦੇ ਆ ਕਿ ਪ੍ਰਸਤਾਵ ਦੇਣ ਦੇ ਬਾਵਜੂਦ ਵੀ ਤਿੰਨ ਮੁੱਖ ਕਾਰਨ ਹੈ ਕਿ ਇਹਨਾਂ ਦੇ ਉੱਪਰ ਜੋ ਕਹਿ ਲਿਆ ਅਜੇ ਤੱਕ ਵੀ ਜਿਹੜੇ ਕਹਿ ਲਿਆ ਐਕਸ਼ਨ ਨਹੀਂ ਲਏ ਗਏ ਇਸ ਨਾਲ ਹੀ ਜਦੋਂ ਪੱਤਰਕਾਰਾਂ ਦੇ ਵੱਲੋਂ ਐਕਸਾਈਲ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਦੱਸਣਾ ਹੈ ਕਿ ਤਿੰਨ ਮੁੱਖ ਕਾਰਨ ਹੁੰਦੇ ਆ ਕਿ ਅਜੇ ਤੱਕ ਪੂਰਨ ਤੌਰ ਤੇ ਜਿੰਨੀ ਐਕਸਾਈਲ ਵਿਭਾਗ ਨੇ ਲਿਸਟ ਦਿੱਤੀ ਹੈ ਉਹਨਾਂ ਦੇ ਵਿੱਚ ਠੇਕੇ ਬੰਦ ਨਹੀਂ ਹੋਏ ਇਸ ਦਾ ਕਾਰਨ ਇਹ ਹੈ ਪਹਿਲੀ ਗੱਲ ਤਾਂ ਕਿ ਠੇਕਾ ਜਦੋਂ ਖੁੱਲ ਜਾਂਦਾ ਹੈ ਉਸ ਤੋਂ ਬਾਅਦ ਪ੍ਰਸਤਾਵ ਦਿੱਤਾ ਜਾਂਦਾ ਹੈ ਕਿ ਇਹ ਠੇਕਾ ਬਹੁਤ ਗਲਤ ਤਰੀਕੇ ਦੇ ਨਾਲ ਖੋਲਿਆ ਗਿਆ ਹੈ ਇਸ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਦੂਸਰਾ ਅਦਾਲਤ ਦੇ ਵਿੱਚ ਕੇਸ ਵਿਚਾਰਧਾਰਾ ਦੇ ਅਧੀਨ ਹੋਣ ਦੇ ਕਾਰਨ ਦੇਰੀ ਦੇ ਨਾਲ ਲੰਮਾ ਖਿੱਚ ਜਾਂਦਾ ਹੈ ਤੇ ਉਸ ਤੋਂ ਬਾਅਦ ਬੰਦ ਹੋਣ ਦੇ ਲਈ ਕਾਫੀ ਜ਼ਿਆਦਾ ਦਿੱਕਤਾਂ ਆndੀਆਂ ਨੇ ਤੇ ਰਾਜਨੀਤਿਕ ਰੰਜਿਸ਼ ਦੇ ਚੱਲਦੇ ਵੀ ਕਈ ਵਾਰ ਅਜਿਹਾ ਹੁੰਦਾ ਹੈ ਕਿ ਠੇਕੇ ਦੇ ਪ੍ਰਸਤਾਵ ਦੇ ਦਿੱਤੇ ਜਾਂਦੇ ਕਿ ਗਲਤ ਤਰੀਕੇ ਦੇ ਨਾਲ ਠੇਕੇ ਚੱਲ ਰਹੇ ਹੁੰਦੇ ਐ ਤੇ ਇਸ ਕਾਰਨ ਵੀ ਕਈ ਵਾਰ ਠੇਕੇ ਬੰਦ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ ਉਤੇ ਤੁਹਾਨੂੰ ਦੱਸ ਦਈਏ ਕਿ ਠੇਕੇ ਜਿਹੜੇ ਆ ਉਹ ਕਈ ਥਾਵਾਂ ਤੇ ਇਸ ਕਰਕੇ ਵੀ ਬੰਦ ਕਰਵਾਉਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਕਿ ਇਹ ਠੇਕੇ ਜਿਹੜੇ ਨੇ ਗਲਤ ਥਾਵਾਂ ਤੇ ਖੁੱਲ੍ਹੇ ਜਾਂ ਤਾਂ ਧਾਰਮਿਕ ਸਥਾਨ ਦੇ ਨਾਲ ਖੁੱਲ੍ਹੇ ਸਕੂਲ ਕਾਲਜਸ ਦੇ ਨਾਲ ਖੁੱਲੇ ਨੇ ਜਾਂ ਫਿਰ ਅਜਿਹੀ ਥਾਵਾਂ ਤੇ ਜਿੱਥੇ ਕਿ ਇਹਨਾਂ ਠੇਕਿਆਂ ਨੂੰ ਹੋਣਾ ਨਹੀਂ ਚਾਹੀਦਾ ਯਾਨੀ ਕਿ ਮੰਦਰਾ ਗੁਰਦੁਆਰਿਆਂ ਦੇ ਕੋਲ ਵੀ ਖੁੱਲੇ ਹੋਏ ਨੇ ਉਸ ਕਾਰਨ ਜੋ ਹੈ ਕਾਫੀ ਜ਼ਿਆਦਾ ਪ੍ਰਸਤਾਵ ਵੀ ਦਿੱਤੇ ਜਾ ਰਿਹਾ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਆ ਇੱਕ ਲਿਸਟ ਸਾਹਮਣੇ ਆਈ ਹੈ ਕਿ ਹੁਣ ਤੱਕ ਕਿੰਨੇ ਠੇਕੇ ਬੰਦ ਕਰਨ ਦੀ ਮੰਗ ਕੀਤੀ ਗਈ ਹੈ ਪਰ ਵਿਭਾਗ ਦੇ ਵੱਲੋਂ ਕਿੰਨੇ ਠੇਕੇ ਬੰਦ ਕੀਤੇ ਗਏ ਜਿਨ੍ਹਾਂ ਦੇ ਵਿੱਚ ਸਾਲ 212 ਤੋਂ 13 ਦੇ ਵਿੱਚ 6 ਪ੍ਰਸਤਾਵ ਦਿੱਤੇ ਸੀ ਤੇ 6 ਦਾ 6 ਬੰਦ ਕਰ ਦਿੱਤੇ ਗਏ 213 ਤੋਂ 14 ਦੇ ਵਿੱਚ 47 ਪ੍ਰਸਤਾਵ ਦਿੱਤੇ ਗਏ ਸਨ ਕਿ 47 ਠੇਕੇ ਬੰਦ ਹੋਣੇ ਚਾਹੀਦੇ ਪਰ ਉਹਨਾਂ ਵਿੱਚੋਂ 4 ਬੰਦ ਕੀਤੇ ਗਏ ਨੇ 14 15 ਦੇ ਵਿੱਚ 90 ਦੀ ਗੱਲ ਆਖੀ ਗਈ ਸੀ ਪਰ ਉਹਦਾ ਵਿੱਚੋਂ 17 ਹੀ ਬੰਦ ਹੋਏ 15 16 ਦੇ ਵਿੱਚੋਂ 65 ਦੀ ਗੱਲ ਆਖੀ ਗਈ ਤੇ 33 ਬੰਦ ਹੋਏ ਨੇ 16 17 ਦੇ ਵਿੱਚ 81 ਦੀ ਗੱਲ ਆਖੀ ਗਈ ਉਹਨਾਂ ਦੇ ਵਿੱਚੋਂ 43 ਬੰਦ ਹੋਏ ਨੇ 17 18 ਦੇ ਵਿੱਚ 97 ਦੀ ਗੱਲ ਆਖੀ ਗਈ ਉਹਨਾਂ ਚੋਂ 69 ਬੰਦ ਹੋਏ ਨੇ 2018 ਦੇ ਵਿੱਚ 47 ਬੰਦ ਕੀਤੇ ਗਏ ਸੀ ਪਰ ਬੰਦ ਕਰਨ ਦੀ ਗੱਲ ਆਖੀ ਗਈ ਸੀ ਤੇ 69 ਜਿਹੜੇ ਨੇ ਬੰਦ ਹੋਏ ਨੇ 18 19 ਦੇ ਵਿੱਚ ਵੀ 39 ਦੀ ਗੱਲ ਆਖੀ ਗਈ ਸੀ ਪਰ 12 ਹੀ ਬੰਦ ਕੀਤੇ ਗਏ 19 20 ਦੇ ਵਿੱਚ 13 ਠੇਕੇ ਬੰਦ ਕਰਨ ਦੀ ਗੱਲ ਆਖੀ ਗਈ ਸੀ ਪਰ 4 ਬੰਦ ਹੋਏ ਨੇ 2021 ਦੇ ਵਿੱਚ 21 ਬੰਦ ਕਰਨ ਦੀ ਗੱਲ ਆਖੀ ਗਈ ਸੀ ਪਰ 8 ਹੀ ਠੇਕੇ ਬੰਦ ਕੀਤੇ ਗਏ 2122 ਦੇ ਵਿੱਚ ਤਾਂ 6 ਠੇਕੇ ਬੰਦ ਕਰਨ ਦੀ ਗੱਲ ਆਖੀ ਗਈ ਸੀ ਪਰ ਇੱਕ ਵੀ ਠੇਕਾ ਬੰਦ ਨਹੀਂ ਕੀਤਾ ਗਿਆ ਬਾਈ 23 ਦੇ ਵਿੱਚ 6 ਜਿਹੜੇ ਨੇ ਠੇਕੇ ਬੰਦ ਕਰਨ ਦੀਆਂ ਪ੍ਰਸਤਾਵ ਰੱਖੇ ਗਏ ਸਨ ਜਿਨ੍ਹਾਂ ਦੇ ਵਿੱਚੋਂ 3 ਬੰਦ ਕੀਤੇ ਗਏ ਨੇ 23 24 ਦੇ ਵਿੱਚ ਇੱਕ ਠੇਕਾ ਜਿਹੜਾ ਨਜਾਇਜ਼ ਦੱਸਿਆ ਜਾ ਰਿਹਾ ਉਸ ਨੂੰ ਬੰਦ ਕਰਨ ਦੀ ਗੱਲ ਦੱਸੀਆਂ ਗਈਆਂ ਨੇ ਪਰ ਅਜੇ ਤੱਕ ਵੀ ਉਸ ਠੇਕੇ ਨੂੰ ਬੰਦ ਨਹੀਂ ਕੀਤਾ ਗਿਆ ਇਹ ਪੂਰੀ ਸੂਚੀ ਉਹ ਹੈ ਜਿਨ੍ਹਾਂ ਨੂੰ ਠੇਕੇਦਾਰਾਂ ਨੂੰ ਬਾਰ-ਬਾਰ ਆਖਿਆ ਗਿਆ ਕਿ ਠੇਕੇ ਬੰਦ ਕਰ ਲੋ ਇਹ ਪ੍ਰਸ਼ਾਸਨ ਨੂੰ ਵੀ ਬਾਰ-ਬਾਰ ਇਸ ਬਾਰੇ ਧਿਆਨ ਦੇ ਵਿੱਚ ਲਿਆਂਦਾ ਜਾਂਦਾ ਪਰ ਅਜੇ ਤੱਕ ਵੀ ਇਹ ਠੇਕੇ ਬੰਦ ਨਹੀਂ ਹੋਏ ਯਾਨੀ ਕਿ ਕਾਗਜ਼ਾ ਦੇ ਉੱਪਰ ਹੀ ਰਹਿ ਜਾਂਦੇ ਨੇ ਪਿੰਡਾਂ ਦੇ ਵਿੱਚ ਠੇਕੇ ਨੂੰ ਬੰਦ ਕਰਵਾਉਂਦੀ ਹੈ ਗੱਲਾਂ ਉਸ ਨਾਲ ਹੀ ਅਸਰ ਰੂਪ ਨੇ ਵਿੱਚ ਇਸ ਬਾਰੇ ਕੁਝ ਵੀ ਹੱਲ ਨਹੀਂ ਕੀਤਾ ਜਾਂਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸ ਸਕਦਾ ਹੈ ਕਿ ਪ੍ਰਸ਼ਾਸਨ ਇਸ ਬਾਬਤ ਹੋਰ ਕੀ ਅੱਗੇ ਫੈਸਲਾ ਲੈ ਸਕਦੀ ਹੈ ਕਿਉਂਕਿ ਸਵਾਲ ਕਾਫੀ ਜ਼ਿਆਦਾ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਨਸ਼ਾ ਪੰਜਾਬ ਦੇ ਵਿੱਚ ਹੈ ਨਸ਼ਾ ਕਹਿ ਲਿਆ ਕਿ ਨਸ਼ੇ ਨੂੰ ਬੰਦ ਕਰਵਾਉਣ ਦੇ ਲਈ ਸਰਕਾਰਾਂ ਦੇ ਵੱਲੋਂ ਤਾਂ ਕਾਫੀ ਜ਼ਿਆਦਾ ਕਲਾ ਆਖੇ ਜਾਂਦੀ ਹੈ ਭਾਵੇਂ ਕਿ ਲੁਧਿਆਣਾ ਦੇ ਵਿੱਚ ਉਹ ਸਾਈਕਲ ਰੈਲੀ ਕੱਢੀ ਗਈ ਹੈ ਜੋ ਆਪੋ ਆਪਣੇ ਵਿੱਚ ਇੱਕ ਮਖੌਲ ਸੀ ਕਿਉਂਕਿ ਪੁਲਿਸ ਮਹਿਕਮੇ ਦੇ ਕਾਫੀ ਬੰਦੇ ਜਿਹੜੇ ਆ ਜਿਹੜਾ ਐਨਜੀਓ ਨੂੰ ਕੰਮ ਕਰਨਾ ਚਾਹੀਦਾ ਉਹ ਉੱਥੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਸਨ ਉੱਤੇ ਹੀ ਹੁਣ ਜਿਹੜੇ ਕਿ ਇੱਥੇ ਠੇਕੇ ਬੰਦ ਕਰਵਾਉਣ ਦੀ ਸੂਚੀ ਅਸੀਂ ਦੱਸੀ ਆ ਉਹ ਅਜੇ ਤੱਕ ਚੱਲ ਰਹੇ ਨੇ ਉੱਥੇ ਵਿਭਾਗ ਦੇ ਵੱਲੋਂ ਤਾਂ ਇਹ ਗੱਲਾਂ ਆਖੀਆਂ ਜਾ ਰਹੀਆਂ ਆਏ ਜੀ ਰஞ்சிਸ਼ ਤੇ ਚੱਲਦੇ ਇਹਨਾਂ ਦੇ ਪ੍ਰਸਤਾਵ ਦਿੱਤੇ ਜਾ ਰਹੇ ਨੇ ਜਾਂ ਫਿਰ ਲੰਬਾ ਕੇਸ ਚੱਲ ਰਿਹਾ ਹੈ ਕੋਰਟ ਦੇ ਵਿੱਚ ਇਸ ਕਾਰਨ ਅਜੇ ਤੱਕ ਬੰਦ ਨਹੀਂ ਹੋਇਆ ਪਰ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਸਵਾਲ ਖੜੇ ਹੋ ਰਹੇ ਨੇ ਇਸ ਤਰੀਕੇ ਦੀਆਂ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਅਜਾਬ ਦੇ ਨਾਲ